ਬਰਨਾਲਾ ਦੇ ਬਡਬਲ ਵਿੱਚ ਹੋਏ ਕਾਲੇ ਧਨੌਲੇ ਦਾ ਕਾਊਂਟਰ ਨੂੰ ਲੈ ਕੇ ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ, ਦਿਖਾਵਾਂਗੇ ਸਿਵਲ ਹਸਪਤਾਲ ਖੜ੍ਹੇ ਅੱਜ ਕਾਲਾ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਹੈ, ਪਰਿਵਾਰ ਨੂੰ ਗੋਲੀ ਸੌਂਪ ਦਿੱਤੀ ਦੇਈ ਗਈ ਹੈ। ਹੁਣ ਤਾਜ਼ੀ ਅਪਡੇਟ ਹੈ ਨਿਊਜ਼ 18 'ਤੇ ਦਿਖਾ ਰਹੇ ਚਾਹਵਾਂਗੇ ਕਿ ਕਾਲੇ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਪਰਿਵਾਰ ਨੂੰ ਬੋਡੀ ਸੌਂਪ ਦਿੱਤੀ ਗਈ ਹੈ, ਉਹਦੀ ਬੋਡੀ ਨੂੰ ਧਨੌਲਾ ਉਸਦੇ ਘਰ ਲਿਆਇਆ ਗਿਆ ਹੈ। ਹੁਣ ਦੇਖਣਾ ਹੋਊਗਾ ਕਿ ਸੰਸਕਾਰ ਅੱਜ ਕੀਤਾ ਜਾਂਦਾ ਕਿ ਕੱਲ੍ਹ ਕੀਤਾ ਜਾਂਦਾ, ਪਰ ਇੱਥੋਂ ਹੋਸਪਿਟਲ ਤੋਂ ਬੋਡੀ ਲਿਆਈ ਗਈ ਹੈ ਅਤੇ ਉਹਦੇ ਧਨੌਲੇ ਪਿੰਡ ਜਿੱਥੇ ਸੰਸਕਾਰ ਕਰਨ ਵਾਸਤੇ ਕੱਟ ਰੱਖਿਆ ਹੈ। ਪਰ ਹੁਣ ਪਰਿਵਾਰ ਨੇ ਇਹ ਜ਼ਰੂਰ ਦੱਸਿਆ ਹੈ ਕਿ ਅੱਜ ਸੰਸਕਾਰ ਅੱਜ ਹੋਊਗਾ, ਜੇ ਕੱਲ੍ਹ ਹੋਊਗਾ ਇਹ ਜਾ ਕੇ ਧਨੌਲੇ ਜਾ ਪਤਾ ਲੱਗੂਗਾ। ਬਰਨਾਲਾ ਦੇ ਬਡਬਲ ਵਿੱਚ ਹੋਏ ਕਾਲੇ ਧਨੌਲੇ ਦਾ ਕਾਊਂਟਰ ਨੂੰ ਲੈ ਕੇ ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ, ਦਿਖਾਵਾਂਗੇ ਸਿਵਲ ਹਸਪਤਾਲ ਖੜ੍ਹੇ ਅੱਜ ਕਾਲਾ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਹੈ, ਪਰਿਵਾਰ ਨੂੰ ਗੋਲੀ ਸੌਂਪ ਦਿੱਤੀ ਦੇਈ ਗਈ ਹੈ। ਹੁਣ ਤਾਜ਼ੀ ਅਪਡੇਟ ਹੈ ਨਿਊਜ਼ 18 'ਤੇ ਦਿਖਾ ਰਹੇ ਚਾਹਵਾਂਗੇ ਕਿ ਕਾਲੇ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਪਰਿਵਾਰ ਨੂੰ ਬੋਡੀ ਸੌਂਪ ਦਿੱਤੀ ਗਈ ਹੈ, ਉਹਦੀ ਬੋਡੀ ਨੂੰ ਧਨੌਲਾ ਉਸਦੇ ਘਰ ਲਿਆਇਆ ਗਿਆ ਹੈ। ਹੁਣ ਦੇਖਣਾ ਹੋਊਗਾ ਕਿ ਸੰਸਕਾਰ ਅੱਜ ਕੀਤਾ ਜਾਂਦਾ ਕਿ ਕੱਲ੍ਹ ਕੀਤਾ ਜਾਂਦਾ, ਪਰ ਇੱਥੋਂ ਹੋਸਪਿਟਲ ਤੋਂ ਬੋਡੀ ਲਿਆਈ ਗਈ ਹੈ ਅਤੇ ਉਹਦੇ ਧਨੌਲੇ ਪਿੰਡ ਜਿੱਥੇ ਸੰਸਕਾਰ ਕਰਨ ਵਾਸਤੇ ਕੱਟ ਰੱਖਿਆ ਹੈ। ਪਰ ਹੁਣ ਪਰਿਵਾਰ ਨੇ ਇਹ ਜ਼ਰੂਰ ਦੱਸਿਆ ਹੈ ਕਿ ਅੱਜ ਸੰਸਕਾਰ ਅੱਜ ਹੋਊਗਾ, ਜੇ ਕੱਲ੍ਹ ਹੋਊਗਾ ਇਹ ਜਾ ਕੇ ਧਨੌਲੇ ਜਾ ਪਤਾ ਲੱਗੂਗਾ। ਬਰਨਾਲਾ ਦੇ ਬਡਬਲ ਵਿੱਚ ਹੋਏ ਕਾਲੇ ਧਨੌਲੇ ਦਾ ਕਾਊਂਟਰ ਨੂੰ ਲੈ ਕੇ ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ, ਦਿਖਾਵਾਂਗੇ ਸਿਵਲ ਹਸਪਤਾਲ ਖੜ੍ਹੇ ਅੱਜ ਕਾਲਾ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਹੈ, ਪਰਿਵਾਰ ਨੂੰ ਗੋਲੀ ਸੌਂਪ ਦਿੱਤੀ ਦੇਈ ਗਈ ਹੈ। ਹੁਣ ਤਾਜ਼ੀ ਅਪਡੇਟ ਹੈ ਨਿਊਜ਼ 18 'ਤੇ ਦਿਖਾ ਰਹੇ ਚਾਹਵਾਂਗੇ ਕਿ ਕਾਲੇ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਪਰਿਵਾਰ ਨੂੰ ਬੋਡੀ ਸੌਂਪ ਦਿੱਤੀ ਗਈ ਹੈ, ਉਹਦੀ ਬੋਡੀ ਨੂੰ ਧਨੌਲਾ ਉਸਦੇ ਘਰ ਲਿਆਇਆ ਗਿਆ ਹੈ। ਹੁਣ ਦੇਖਣਾ ਹੋਊਗਾ ਕਿ ਸੰਸਕਾਰ ਅੱਜ ਕੀਤਾ ਜਾਂਦਾ ਕਿ ਕੱਲ੍ਹ ਕੀਤਾ ਜਾਂਦਾ, ਪਰ ਇੱਥੋਂ ਹੋਸਪਿਟਲ ਤੋਂ ਬੋਡੀ ਲਿਆਈ ਗਈ ਹੈ ਅਤੇ ਉਹਦੇ ਧਨੌਲੇ ਪਿੰਡ ਜਿੱਥੇ ਸੰਸਕਾਰ ਕਰਨ ਵਾਸਤੇ ਕੱਟ ਰੱਖਿਆ ਹੈ। ਪਰ ਹੁਣ ਪਰਿਵਾਰ ਨੇ ਇਹ ਜ਼ਰੂਰ ਦੱਸਿਆ ਹੈ ਕਿ ਅੱਜ ਸੰਸਕਾਰ ਅੱਜ ਹੋਊਗਾ, ਜੇ ਕੱਲ੍ਹ ਹੋਊਗਾ ਇਹ ਜਾ ਕੇ ਧਨੌਲੇ ਜਾ ਪਤਾ ਲੱਗੂਗਾ। ਬਰਨਾਲਾ ਦੇ ਬਡਬਲ ਵਿੱਚ ਹੋਏ ਕਾਲੇ ਧਨੌਲੇ ਦਾ ਕਾਊਂਟਰ ਨੂੰ ਲੈ ਕੇ ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ, ਦਿਖਾਵਾਂਗੇ ਸਿਵਲ ਹਸਪਤਾਲ ਖੜ੍ਹੇ ਅੱਜ ਕਾਲਾ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਹੈ, ਪਰਿਵਾਰ ਨੂੰ ਗੋਲੀ ਸੌਂਪ ਦਿੱਤੀ ਦੇਈ ਗਈ ਹੈ। ਹੁਣ ਤਾਜ਼ੀ ਅਪਡੇਟ ਹੈ ਨਿਊਜ਼ 18 'ਤੇ ਦਿਖਾ ਰਹੇ ਚਾਹਵਾਂਗੇ ਕਿ ਕਾਲੇ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਪਰਿਵਾਰ ਨੂੰ ਬੋਡੀ ਸੌਂਪ ਦਿੱਤੀ ਗਈ ਹੈ, ਉਹਦੀ ਬੋਡੀ ਨੂੰ ਧਨੌਲਾ ਉਸਦੇ ਘਰ ਲਿਆਇਆ ਗਿਆ ਹੈ। ਹੁਣ ਦੇਖਣਾ ਹੋਊਗਾ ਕਿ ਸੰਸਕਾਰ ਅੱਜ ਕੀਤਾ ਜਾਂਦਾ ਕਿ ਕੱਲ੍ਹ ਕੀਤਾ ਜਾਂਦਾ, ਪਰ ਇੱਥੋਂ ਹੋਸਪਿਟਲ ਤੋਂ ਬੋਡੀ ਲਿਆਈ ਗਈ ਹੈ ਅਤੇ ਉਹਦੇ ਧਨੌਲੇ ਪਿੰਡ ਜਿੱਥੇ ਸੰਸਕਾਰ ਕਰਨ ਵਾਸਤੇ ਕੱਟ ਰੱਖਿਆ ਹੈ। ਪਰ ਹੁਣ ਪਰਿਵਾਰ ਨੇ ਇਹ ਜ਼ਰੂਰ ਦੱਸਿਆ ਹੈ ਕਿ ਅੱਜ ਸੰਸਕਾਰ ਅੱਜ ਹੋਊਗਾ, ਜੇ ਕੱਲ੍ਹ ਹੋਊਗਾ ਇਹ ਜਾ ਕੇ ਧਨੌਲੇ ਜਾ ਪਤਾ ਲੱਗੂਗਾ। ਬਰਨਾਲਾ ਦੇ ਬਡਬਲ ਵਿੱਚ ਹੋਏ ਕਾਲੇ ਧਨੌਲੇ ਦਾ ਕਾਊਂਟਰ ਨੂੰ ਲੈ ਕੇ ਜਿੱਥੇ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ, ਦਿਖਾਵਾਂਗੇ ਸਿਵਲ ਹਸਪਤਾਲ ਖੜ੍ਹੇ ਅੱਜ ਕਾਲਾ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਹੈ, ਪਰਿਵਾਰ ਨੂੰ ਗੋਲੀ ਸੌਂਪ ਦਿੱਤੀ ਦੇਈ ਗਈ ਹੈ। ਹੁਣ ਤਾਜ਼ੀ ਅਪਡੇਟ ਹੈ ਨਿਊਜ਼ 18 'ਤੇ ਦਿਖਾ ਰਹੇ ਚਾਹਵਾਂਗੇ ਕਿ ਕਾਲੇ ਧਨੌਲੇ ਦਾ ਪੋਸਟਮਾਰਟਮ ਹੋ ਚੁੱਕਿਆ ਅਤੇ ਪਰਿਵਾਰ ਨੂੰ ਬੋਡੀ ਸੌਂਪ ਦਿੱਤੀ ਗਈ ਹੈ, ਉਹਦੀ ਬੋਡੀ ਨੂੰ ਧਨੌਲਾ ਉਸਦੇ ਘਰ ਲਿਆਇਆ ਗਿਆ ਹੈ। ਹੁਣ ਦੇਖਣਾ ਹੋਊਗਾ ਕਿ ਸੰਸਕਾਰ ਅੱਜ ਕੀਤਾ ਜਾਂਦਾ ਕਿ ਕੱਲ੍ਹ ਕੀਤਾ ਜਾਂਦਾ, ਪਰ ਇੱਥੋਂ ਹੋਸਪਿਟਲ ਤੋਂ ਬੋਡੀ ਲਿਆਈ ਗਈ ਹੈ ਅਤੇ ਉਹਦੇ ਧਨੌਲੇ ਪਿੰਡ ਜਿੱਥੇ ਸੰਸਕਾਰ ਕਰਨ ਵਾਸਤੇ ਕੱਟ ਰੱਖਿਆ ਹੈ। ਪਰ ਹੁਣ ਪਰਿਵਾਰ ਨੇ ਇਹ ਜ਼ਰੂਰ ਦੱਸਿਆ ਹੈ ਕਿ ਅੱਜ ਸੰਸਕਾਰ ਅੱਜ ਹੋਊਗਾ, ਜੇ ਕੱਲ੍ਹ ਹੋਊਗਾ ਇਹ ਜਾ ਕੇ ਧਨੌਲੇ ਜਾ ਪਤਾ ਲੱਗੂਗਾ।